ਵਧੀਆ ਹੋਗੇ ਸੋ ਗਾਈਜ਼ ਵੈਲਕਮ ਬੈਕ ਟੂ ਆਰ ਯੂਟਿਊਬ ਚੈਨਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਗੁਰਸ਼ਰਨ ਦਾ ਵਿਆਹ ਚੱਲਦਾ ਪਿਆ ਅਤੇ ਜਾਗੋ ਹੋ ਗਈ ਸਗਨ ਹੋ ਗਿਆ ਸਾਰਾ ਕੁਛ ਹੋ ਗਿਆ ਅਤੇ ਅੱਜ ਹੈਗਾ ਬੜਾ ਖਾਸ ਦਿਨ ਉਹਦੇ ਲਈ ਅਤੇ ਸਾਡੇ ਲਈ ਵੀ ਅੱਜ ਫਾਈਨਲੀ ਗੁਰਸ਼ਰਨ ਦਾ ਵਿਆਹ ਹੈਗਾ ਅਤੇ ਆਪਾਂ ਚੱਲੇ ਹਾਂ ਐਸ ਯੂਜੁਅਲ ਅਸੀਂ ਲੇਟ ਹਾਂ ਅਸੀਂ ਬਹੁਤ ਲੇਟ ਹਾਂ ਅਤੇ ਅਸੀਂ ਪਹਿਲਾਂ ਸੱਚੀ ਕਹੇ ਤਾਂ ਮੈਂ 5 ਮਿੰਟ 'ਚ ਤਿਆਰ ਹੋ ਗਿਆ ਇੱਧਰ ਕਰੋ ਮੈਂ 10 ਮਿੰਟ ਲਾਏ ਹੋਣਗੇ ਪੂਰੇ ਤਿਆਰ ਹੋਣ 'ਤੇ ਇਹ ਸਵੇਰੇ 9 ਵਜੇ ਦੀ ਉੱਠੀ ਅਤੇ 11:30 ਵਜੇ ਤੱਕ ਤਿਆਰ ਹੋਈ ਹੈ ਅਤੇ ਆਪਾਂ ਪੂਰੇ 10 ਮਿੰਟ ਜਦੋਂ ਇਹ ਉਹ ਕਰਾਉਣ ਗਈ ਨਾ ਮੇਕਅਪ ਵਗੈਰਾ ਅਤੇ ਮੈਂ ਉਸ ਤੋਂ ਬਾਅਦ ਤਿਆਰ ਸ਼ੁਰੂ ਹੋਣਾ ਹੈ ਤਿਆਰ ਸ਼ੁਰੂ ਅਤੇ ਮੈਂ 10 ਮਿੰਟ 'ਚ ਤਿਆਰ ਹੋ ਗਿਆ ਅਤੇ ਇਸ ਤੋਂ ਬਾਅਦ ਮੈਂ ਉੱਧਰ ਗਿਆ ਜਿੱਥੇ ਮੇਕਅਪ ਕਰਾ ਰਹੀ ਸੀ ਉਸ ਤੋਂ ਅੱਧਾ ਘੰਟਾ ਬਾਅਦ ਤਿਆਰ ਹੋਈ ਹੈ ਹੁਣ ਤੁਸੀਂ ਕੰਪੇਅਰ ਕਰਦੇ ਹੋ ਕਿ ਕੁੜੀਆਂ ਮੁੰਡਿਆਂ ਦੇ ਮੁਕਾਬਲੇ ਜਲਦੀ ਤਿਆਰ ਹੋ ਜਾਣ ਮਤਲਬ ਮੁੰਡਿਆਂ ਨੇ ਕਰਨਾ ਕੀ ਹੈ ਤੁਸੀਂ ਤਾਂ ਬਿਨਾਂ ਨਹਾਤੇ ਵੀ ਕੱਪੜੇ ਪਾ ਲੂੰਗੇ ਵਾਲ ਹੀ ਖੜੇ ਕਰਨੇ ਆ ਹੁਣ ਅਸੀਂ ਮੇਕਅਪ ਵੀ ਕਰਨਾ ਵਾਲ ਵੀ ਬਣਾਉਣੇ ਜੇ ਅਸੀਂ ਵਧੀਆ ਨਹੀਂ ਲੱਗਾਂਗੇ ਤੁਹਾਨੂੰ ਹੀ ਸਾਰਿਆਂ ਨੇ ਗੱਲਾਂ ਕਰਨੀਆਂ ਜਾਂ ਤੁਹਾਡੀ ਘਰ ਵਾਲੀਆਂ ਸੋਹਣੀਆਂ ਨਹੀਂ ਹੈਗੀਆਂ ਠੀਕ ਹੈ ਨਾ ਅਤੇ ਐਸਾ ਕੁਛ ਵੀ ਨਹੀਂ ਹੈ ਮੈਂ ਇਹਨਾਂ ਤੋਂ ਪਹਿਲਾਂ ਦੀ ਤਿਆਰ ਹੋਈ ਹੋਈ ਹਾਂ ਬਸ ਮੇਰੇ ਵਾਲਾਂ ਨੂੰ ਟਾਈਮ ਲੱਗ ਗਿਆ ਉਹ ਵੀ ਕਿਉਂ ਕਿਉਂਕਿ ਧੋਤੇ ਨਹੀਂ ਹੋਏ ਸੀਗੇ ਨਾ ਵਾਲ ਤਾਂ ਕਰਕੇ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਤੇ ਹੁਣ ਆਪਾਂ ਚੱਲੇ ਆ ਤੇ ਹੁਣ ਵੀ ਅੱਜ ਆਪਾਂ ਕਿਉਂ ਲੇਟ ਹੋਏ ਆ ਅੱਜ ਦਾ ਲੇਟ ਹੋਣ ਦਾ ਰੀਜ਼ਨ ਕੱਲੀ ਮੈਂ ਹੀ ਆ ਓਕੇ ਤੇ ਹੁਣ ਗਿੰਦੂ ਇੰਨੀ ਸਪੀਡ 'ਚ ਗੱਡੀ ਲੈ ਕੇ ਜਾ ਰਹੇ ਨੇ ਵੀ ਅੱਜ ਦੀ ਵੀ ਵੰਗਾਰ ਹੈਗੀ ਕੱਪੜੇ ਲੈ ਕੇ ਜਾਣੇ ਆ ਤੇ ਗਾਈਸ ਚੱਲਦੇ ਆ ਤੇ ਹੁਣ ਆਪਾਂ ਸਿੰਮੂ ਘਰੇ ਚੱਲੇ ਆ ਉੱਥੇ ਬਾਕੀ ਆਪਣੇ ਪਾਰਟਨਰਸ ਹੈਗੇ ਨੇ ਉੱਥੇ ਤੇ ਉੱਥੇ ਆਪਾਂ ਮਿਲ ਕੇ ਦੇਖਦੇ ਆ ਕਿ ਆਪਾਂ ਵਿਆਹ ਵਾਲੇ ਮੁੰਡੇ ਦੇ ਘਰ ਜਾਣਾ ਆ ਕਿ ਸਿੱਧਾ ਪੈਲਸ ਜਾਣਾ ਵੈਸੇ ਅਸੀਂ ਸੋਚਿਆ ਸੀਗਾ ਕਿ ਅਸੀਂ ਮੁੰਡੇ ਦੇ ਘਰ ਜਾਵਾਂਗੇ ਉੱਥੋਂ ਅਸੀਂ ਲਾਈਕ ਉਹਨੂੰ ਟੀਜ਼ ਕਰ ਕਰਕੇ ਯੂਨੋ ਜਿੱਦਾਂ ਮੁੰਡਿਆਂ ਨੂੰ ਟੀਜ਼ ਕਰਦੇ ਭਰਾਵਾਂ ਨੂੰ ਟੀਜ਼ ਕਰਦੀਆਂ ਨੇ ਨਾ ਆਪਾਂ ਉਹ ਚੀਜ਼ ਕਰਾਂਗੇ ਅੱਜ ਬਟ ਮੈਨੂੰ ਲੱਗਦਾ ਆਪਾਂ ਲੇਟ ਵਾਲੇ ਹੋ ਗਏ ਆ 12 ਵਜਣ ਨੂੰ ਆ ਗਏ ਨੇ ਤੇ ਮੈਨੂੰ ਲੱਗਦਾ ਆਪਾਂ ਇਸ ਤੋਂ ਬਾਅਦ ਹੁਣ ਪੈਲਸ ਹੀ ਜਾਵਾਂਗੇ ਹੈਨਾ ਚਲੋ ਗਾਇਜ਼ ਮਿਲਦੇ ਆ ਉੱਥੇ ਜਾ ਕੇ ਲੋ ਜੀ ਗਏ ਤੂੰ ਭਰਾਵਾ ਲੇਟ ਕੀਤਾ ਸਭ ਤੋਂ ਜ਼ਿਆਦਾ ਇਹਨੂੰ ਇੰਨੀ ਮੁਸ਼ਕਲ ਨਾਲ ਤਿਆਰ ਕੀਤਾ ਨਾ ਬੰਦੇ ਨੂੰ ਉਹਨੇ ਕੱਪੜੇ ਲਿਆਉਣੇ ਸੀ ਮੇਰੇ ਇਹਨੇ ਅੱਛਾ ਆ ਗਏ ਆਹੋ ਇਹ ਕੱਪੜੇ ਜਾਊਗਾ ਤਿਆਰ ਬੰਦਾ ਪੱਕਾ ਇਹਦੇ ਪਿੱਛੇ ਛੱਡਦਾ ਇੱਕ ਆਹ ਵੇਖੋ ਬੰਦਾ ਇੱਕ ਪੱਕਾ ਛੱਡਦਾ ਇਹਦੇ ਪਿੱਛੇ ਵਾਹ ਇਹ ਬਾਈ ਨੂੰ ਨਾਲ ਹੀ ਲੈ ਜਾਣਾ ਨਾਲ ਹੀ ਹਨਾ ਚਲੋ ਚੱਲੀਏ ਓਏ ਚੱਲੀਏ ਲੋ ਜੀ ਗਾਇਸ ਤੇ ਪਹੁੰਚ ਚੁੱਕੇ ਆਪਾਂ ਪੈਲਸ ਐਸ ਯੂਜੂਅਲ ਫੇਰ ਪਰ ਮੈਂ ਕਿਹਾ ਸੀ ਨਾ ਲੇਟ ਸਭ ਤੋਂ ਲੇਟ ਕਿੰਨਾ ਟਾਈਮ ਹੋ ਗਿਆ 1:30 ਵਜੇ ਓਏ ਨਾਬੂ ਚਲੋ ਜੀ ਚੱਲੀਏ ਗਾਇਸ ਇੱਥੇ ਦੋ ਪੈਲਸ ਨੇ ਹੁਣ ਪਤਾ ਨਹੀਂ ਕਿਹੜਾ ਆਪਣਾ ਇੱਧਰ ਵਾਲਾ ਮੈਨੂੰ ਲੱਗਦਾ ਇੱਧਰ ਵਾਲਾ ਉਹ ਨਹੀਂ ਕਿਹੜਾ ਸੀਗਾ ਉੱਧਰ ਵਾਲਾ ਹਾਂ ਹਾਂ ਚਲੋ ਜੀ ਵਿਆਹ ਵਾਲੇ ਕੱਪੜੇ ਪਾਏ ਆ ਹਾਂ ਵਿਆਹ ਜਿੱਥੇ ਸਾਡਾ ਵਿਆਹ ਸੀਗਾ ਜਿੱਥੇ ਮਤਲਬ ਸਾਡੀ ਰਿਸੈਪਸ਼ਨ ਸੀਗੀ ਅਸੀਂ ਉੱਥੇ ਹੀ ਆਏ ਆ ਤੇ ਕੱਪੜੇ ਵੀ ਸੇਮ ਪਾ ਕੇ ਆਏ ਆ ਲਓ ਜੀ ਉਹ ਲੈ ਉਹ ਤਾਂ ਦਿਖਾਣੀ ਭੁੱਲ ਗਿਆ ਕਹਿੰਦੇ ਮੁੰਡਾ ਅੰਬੈਸਟਰ ਤੇ ਬਰਾਤ ਲੈ ਕੇ ਆਇਆ ਸਪੈਸ਼ਲ ਮੰਗਾਈ ਅੰਬੈਸਟਰ ਬਰਾਤ ਵਾਸਤੇ ਮੁੰਡਾ ਬਹੁਤ ਸੋਹਣਾ ਲੱਗ ਰਿਹਾ ਮੁਬਾਰਕਾਂ ਮੇਰੇ ਭਰਾ ਨੂੰ ਬਹੁਤ ਬਹੁਤ ਹਾਂ 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 ਤੂੰ ਵੀ ਬਹੁਤ ਸੋਹਣਾ ਲੱਗ ਰਿਹਾ ਚਲੋ ਜੀ ਹੁਣ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਕੋਈ ਲਓ ਜੀ ਗਾਇਸ ਤੇ ਇੱਧਰ ਚੱਲ ਰਹੀ ਮਹਿਫਲ ਸਾਰੀ ਗੈਂਗ ਪੂਰੀ ਕੰਪਲੀਟ ਹੋ ਗਈ ਭਾਜੀ ਲੋ ਜੀ ਗਾਇਸ
ਹੁਣ ਚੱਲ ਰਿਹਾ ਖਾਣ ਪੀਣ ਦਾ ਕੰਮ ਤੇ ਇਸ ਤੋਂ ਬਾਅਦ ਚੱਲੇਗਾ ਸਟੇਜ ਤੇ ਨੱਚਣ ਦਾ ਪ੍ਰੋਗਰਾਮ ਤੇ ਸਾਰੇ ਜਣੇ ਆਪ ਹੀ ਨੱਚਾਂਗੇ ਕੋਈ ਫਿਰ ਸ਼ਰਨ ਨੇ ਨੱਚਣਾ ਹੋਵੇ ਬੁਲਾਇਆ ਨਹੀਂ ਆਪ ਹੀ ਨੱਚਣਾ ਪੈਣਾ ਚਲੋ ਜੀ लो जी खाना खा लिया ते नवाब ने भी कहिंदे खाना खा लिया हुणे रो रहा सी खाना नहीं मिलिया इहनू खाना खा लिया सब ने हां भी मुंडियो रोटी खा ली छगली 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 यादू लेट हो गया खाना खा लिया सारिया ने दो चार होर रोटियां अजे भुख लगी मुंडे नूं ਕਹਿੰਦੇ ਮੁੰਡਿਆਂ ਨੇ ਕੀ ਮੰਗਾਇਆ ਆਈਸਕ੍ਰੀਮ ਮੰਗਾਈ ਹੈ ਮੁੰਡੇ ਯਾਰ ਤੇਰਾ ਵਲੌਗ 1 ਮਿਲੀਅਨ ਜਾਣਾ ਪਹਿਲਾਂ ਕਿਵੇਂ ਹਾਂ ਮੈਂ ਹੋਰ ਕਿਸੇ ਨੇ ਬਣਾਇਆ ਹੀ ਨਹੀਂ ਵੈਰੀ ਗੁੱਡ ਪੁਆਇੰਟ ਮੁੰਡੇ ਦਾ ਲਓ ਜੀ ਆਲੇ ਨਾ ਫੇਰ ਖਾਦੇ ਨਾ ਪੁੱਛੀ ਚਲੋ ਜੀ ਗਾਇਸ ਹੁਣ ਆਪਾਂ ਹੌਲੀ ਹੌਲੀ ਡੋਲੀ ਦੀ ਤਿਆਰੀ ਹੋ ਗਈ ਹੈ ਤੇ ਇਸ ਤੋਂ ਬਾਅਦ ਚੱਲਦੇ ਹਾਂ ਘਰੇ पहला कहना तेरा नाम पता की मैं लगे दसन लगे चलो जी भाजिया भाजिया आ जा रील बनन दी दही है हजार रुपया हो गया वीडियो बनाने का क्यों ब्लॉग के पैसे तेरे अद्धे अद्धे चल तू भी की याद रखेगा तारी अजय शकर रहा कोई केड़ा रह गया अच्छा ठीक है चलो जी ब्लॉग बना ਮੈਨੂੰ ਗੋਦੀ ਤੁਸੀਂ ਲੱਗ ਰਹੇ ਸੀ
ਲੋ ਜੀ ਤੇ ਗਾਇਜ਼ ਕਹਿੰਦੇ ਡੋਲੀ ਤੁਰਨ ਲੱਗੀ ਹੈ। ਚਲੋ ਜੀ ਓਕੇ। ਲਓ ਜੀ ਗਾਇਸ ਤੇ ਵਿਆਹ ਹੋ ਗਿਆ ਹੁਣ। ਵਿਆਹ ਕਹਿੰਦੇ ਚਲੋ ਜੀ ਲੈ ਵੀ ਮੁੰਡਿਆ ਕਹਿੰਦੇ ਵਿਆਹ ਹੋ ਗਿਆ ਖਤਮ ਤੇ ਹੁਣ ਮਿਲਦੇ ਆ ਘਰੇ ਜਾ ਕੇ। ਚਲੋ 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 ਚਲੋ।